ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ। ਅਕਾਲੀ ਦਲ ਪਾਰਟੀ ਸੂਬੇ ਦੀ ਰਵਾਇਤੀ ਪਾਰਟੀ ਹੁਣ ਸੂਬੇ ਦੇ ਵਿੱਚ ਕਮਜ਼ੋਰ ਪੈਂਦੀ ਨਜ਼ਰ ਆ ਰਹੀ ਹੈ। ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦਿੱਤਾ ਸੀ ਤੇ ਹੁਣ ਅਸਤੀਫਾ ਦਿੱਤਾ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ। ਹਾਲਾਂਕਿ ਹਵਾਲਾ ਤੇ ਖਰਾਬ ਤਬੀਅਤ ਦਾ ਦਿੱਤਾ ਹੈ, ਪਰ ਉਹਨਾਂ ਦੇ ਬੋਲਾਂ ਦੇ ਵਿੱਚ ਉਹਨਾਂ ਦਾ ਦਰਦ ਸਾਫ਼ ਨਜ਼ਰ ਆਇਆ। ਕਿਉਂ 60 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨ ਤੋਂ ਬਾਅਦ ਬ੍ਰਹਮਪੁਰਾ ਨੂੰ ਲੈਣਾ ਪਿਆ ਫੈਸਲਾ, ਦੇਖਦੇ ਹਾਂ ਇਸ ਰਿਪੋਰਟ 'ਚ। ਬੀਐਸਪੀ ਮਾਮਲਾ ਅਕਾਲੀ ਦਲ ਪਾਰਟੀ ਦੇ ਲਈ ਅਜਿਹੀ ਹਨੇਰੀ ਲੈ ਕੇ ਆਇਆ ਜਿਸ ਨੇ ਪਾਰਟੀ ਦੀ ਹਰ ਸ਼ਾਖ ਨੂੰ ਹਿਲਾ ਦਿੱਤਾ ਤੇ ਹੁਣ ਹੌਲੀ ਹੌਲੀ ਜੜ੍ਹਾਂ ਵੀ ਨਿਕਲਦੀਆਂ ਜਾ ਰਹੀਆਂ ਨੇ। ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅੱਜ ਦੂਸਰੇ ਵੱਡੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਕੋਰ ਕਮੇਟੀ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇੰਨਾ ਹੀ ਨਹੀਂ, ਬ੍ਰਹਮਪੁਰਾ ਪਾਰਟੀ ਵਿੱਚ ਤਾਂ ਰਹਿਣਗੇ ਪਰ 2019 ਦੀ ਚੋਣ ਨਹੀਂ ਲੜਨਗੇ। ਮੈਂ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ, ਕੋਰ ਕਮੇਟੀ ਦਾ ਮੈਂਬਰ ਹਾਂ। 60 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹਾਂ। 1961 ਦੇ ਵਿੱਚ ਮੈਂ ਪਹਿਲੀ ਆਪਣੀ ਗ੍ਰਿਫਤਾਰੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਐਜੀਟੇਸ਼ਨ ਲਾਈ ਸੀ ਤਾਂ ਉਹ 'ਚ ਦਿੱਤੀ ਆ। ਉਦੋਂ ਤੋਂ ਲੈ ਕੇ ਹੁਣ ਤੱਕ ਇਮਾਨਦਾਰੀ ਦੇ ਨਾਲ ਕੰਮ ਕਰਦਾ ਰਿਹਾ। ਪਾਰਟੀ ਦੇ ਹਰ ਸਮੇਂ 'ਤੇ ਕਿੱਡਾ ਵੀ ਕੋਈ ਔਖਾ ਕੰਮ ਹੋਇਆ, ਕੋਈ ਪ੍ਰੋਬਲਮ ਹੋਈ, ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਰਿਹਾ। ਕਿਉਂਕਿ ਹੁਣ ਉਮਰ ਵੱਡੀ ਹੋ ਗਈ ਆ, 81 ਸਾਲ ਦੀ ਮੇਰੀ ਉਮਰ ਹੋ ਗਈ ਹੈ ਅਤੇ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਹੈ ਕਿ ਮੈਂ ਪਾਰਟੀ ਦੇ ਵਿੱਚ ਅੱਗੇ ਅੱਗੋਂ ਕੰਮ ਨਹੀਂ ਜ਼ਿੰਮੇਵਾਰੀ ਨਾ ਕਰ ਸਕਦਾ। ਇਸ ਕਰਕੇ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਮੈਂ ਅਸਤੀਫਾ ਦਿੰਦਾ ਪਾਰਟੀ ਨੂੰ। ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ। ਅਥਾਹ ਮੇਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਆਰ ਆ, ਅਕਾਲੀ ਦਲ ਮੇਰੇ ਵਾਸਤੇ ਮੇਰੀ ਮਾਂ ਪਾਰਟੀ ਆ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਮੈਂ ਤਕਰੀਬਨ 10-12 ਸਾਲ ਜੇਲ੍ਹ ਵੀ ਕੱਟੀ ਆ ਅਤੇ ਮੈਂ ਅਕਾਲੀ ਦਲ ਦੇ ਵਿੱਚ ਬਤੌਰ ਛੋਟਾ ਜਿਹਾ ਸਿਪਾਹੀ ਜਿੰਨਾ ਚਿਰ ਮੈਂ ਜੀਂਦਾ ਮੈਂ ਕੰਮ ਕਰਦਾ ਰਹੂੰਗਾ ਔਰ ਪਰਮਾਤਮਾ ਗਾੜੀ ਅਰਦਾਸ ਵੀ ਕਰਦਾ ਰਹੂੰਗਾ ਕਿ ਮਹਾਰਾਜ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਚੜ੍ਹ ਕੇ। ਲੋਕ ਸਭਾ ਦੀ ਜਿਹੜੀ ਚੋਣ ਆਉਣੀ ਆ 2019 ਦੇ ਵਿੱਚ, ਮੈਂ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ 'ਚੋਂ ਅੱਗੇ ਮੈਂਬਰ ਬਣਿਆ ਸਾਂ। ਹੁਣ ਮੈਂ ਪਾਰਲੀਮੈਂਟ ਦਾ ਉਮੀਦਵਾਰ ਨਹੀਂ ਗਾ। ਪਾਰਟੀ ਜਿਹਨੂੰ ਵੀ ਟਿਕਟ ਦੇਊਗੀ ਉਹਦੀ ਮਦਦ ਦਊਗੀ। ਦਰਦ ਹਲਕ ਤੋਂ ਆਉਂਦੇ ਆਉਂਦੇ ਮੂੰਹ ਤੱਕ ਨਹੀਂ ਆਇਆ। ਕਿਆ ਪਾਰਟੀ ਵੱਡੀ ਹੁੰਦੀ ਹੈ, ਬੰਦੇ ਨਹੀਂ? ਬੰਦੇ ਬਹੁਤ ਛੋਟੇ ਹੁੰਦੇ, ਪਾਰਟੀ ਬਹੁਤ ਵੱਡੀ ਹੁੰਦੀ ਹੈ। ਪਾਰਟੀ ਨੂੰ ਕੀ ਹੈ, ਪਾਰਟੀ ਤੇ ਚਲੀ ਜਾਏਗੀ। ਤੇ ਹੁਣ ਜ਼ਰਾ ਇਹ ਵੀ ਸੁਣੋ, ਨਾਰਾਜ਼ਗੀਆਂ ਤੇ ਗੁੱਸੇ ਦਾ ਦਬਿਆ ਜਿਹਾ ਇਜ਼ਹਾਰ। ਉਹ ਜੀ ਬਾਦਲ ਸਾਹਿਬ ਸਿਆਣੇ ਨੇ, ਬਾਕੀ ਮੇਰਾ ਸਰਦਾਰ ਸੁਖਬੀਰ ਸਿੰਘ ਜੋ ਸਾਡੇ ਪ੍ਰਧਾਨ ਨੇ ਉਹ ਵੀ ਸਿਆਣੇ ਨੇ, ਬਿਕਰਮ ਸਿੰਘ ਮਜੀਠੀਆ ਬਹੁਤ ਸਿਆਣਾ ਵਾ। ਅਕਾਲੀ ਦਲ ਚੱਲੇਗਾ, ਵਧੇ ਫੁੱਲੇਗਾ ਜੀ। ਬ੍ਰਹਮਪੁਰਾ ਸਾਹਿਬ, ਤੁਹਾਡਾ ਦਰਦ ਮੂੰਹ ਤੱਕ ਨਹੀਂ ਆਇਆ ਪਰ ਗੱਲਾਂ 'ਚ ਜ਼ਾਹਿਰ ਜ਼ਰੂਰ ਹੁੰਦਾ ਗਿਆ। ਇਹ ਦੂਜਾ ਵੱਡਾ ਝਟਕਾ ਹੈ ਅਕਾਲੀ ਦਲ ਪਾਰਟੀ ਨੂੰ। ਪਹਿਲਾ ਝਟਕਾ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸੇ ਦੇ ਅਸਤੀਫੇ ਦਾ ਸੀ। ਅਕਾਲੀ ਦਲ ਪਾਰਟੀ ਦਾ ਇਹ ਰੁੱਖ ਆਪਣੀ ਜੜ੍ਹਾਂ ਨੂੰ ਦੁਬਾਰਾ ਟਿਕਾ ਪਾਵੇਗਾ ਜਾਂ ਨਹੀਂ, ਇਹ ਵੇਖਣਾ ਦਿਲਚਸਪ ਰਹੇਗਾ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼ ਜਜ਼ਬਾ ਜਨੂਨ।